ਡਾਕਟਰ ਨਰਿੰਦਰ ਸਿੰਘ ਕਪੂਰ ਦੀ ਪੁਸਤਕ ਬੁਨਿਆਦਾਂ ਦਾ ਲੇਖ ਹੈ ਨਵੀਂ ਜਾਤ ਪਾਤ ਪਾਰਤ ਬਦਲ ਰਿਹਾ ਹੈ ਹੁਣ ਉੱਚੀਆਂ ਜਾਤਾਂ ਨੀਵੀਆਂ ਤੇ ਪਛੜੀਆਂ ਜਾਤੀਆਂ ਸ਼੍ਰੇਣੀਆਂ ਖਵਾਉਣ ਲਈ ਅੰਦੋਲਨ ਕਰ ਰਹੀਆਂ ਹਨ ਸਾਡੇ ਦੇਸ਼ ਚ ਕਾਨੂੰਨ ਦੀ ਹਕੂਮਤ ਨਹੀਂ ਰਹੀ ਜਾਤ ਪਾਤ ਦਾ ਰਾਜ ਰਿਹਾ ਹੈ ਹੁਣ ਵੀ ਅਸੀਂ ਕਾਨੂੰਨ ਪ੍ਰਤੀ ਗੰਭੀਰ ਨਹੀਂ ਧਰਮ ਦੇ ਕਰਮ ਕਾਂਡ ਪ੍ਰਤੀ ਹੀ ਸਵਿਹਰਦਾ ਭਾਰਤ ਵਿੱਚ ਰੱਬ ਨਾਲੋਂ ਧਰਮ ਤੇ ਮਨੁੱਖ ਨਾਲੋਂ ਜਾਤ ਦਾ ਮਹੱਤਵ ਵਧੇ ਰਿਹਾ ਹੈ। ਇਹ ਮਹੱਤਵ ਵੰਡੀਆਂ ਪਾਉਣ ਤੇ ਵਿਰੋਧ ਪਜਾਉਣ ਲਈ ਹੈ। ਜਾਤ ਪਾਤ ਸਮਾਜ ਨੂੰ ਵੰਡਣ ਤੇ ਵਿਦਰੋਹੀ ਭਾਵਨਾ ਖਤਮ ਕਰਨ ਦੀ ਵਿਧੀ ਰਹੀ ਹੈ। ਇਹਵੇਂ ਜਾਤ ਪਾਤ ਬਰਾਬਰੀ ਤੇ ਏਕੇ ਦੀ ਦੁਸ਼ਮਣ ਹੈ। ਭਾਰਤ ਦੇ ਸਾਰੇ ਧਰਮ ਤੇ ਸਾਰੀਆਂ ਜਾਤਾਂ ਇੱਕ ਦੂਜੇ ਨੂੰ ਪਰੇ ਤਕੇਲਦੀਆਂ ਹਨ। ਉਦਾਹਰਨ ਵਜੋਂ ਪਿਛਲੇ ਲਗਭਗ 1000 ਸਾਲ ਦੌਰਾਨ Hindu ਧਰਮ ਤੇ ਇਸਲਾਮ ਨੇ ਇੱਕ ਦੂਜੇ ਦਾ ਕੁਝ ਨਹੀਂ ਅਪਣਾਇਆ। ਕੇਵਲ ਵਿਰੋਧ ਤੇ ਦੂਰੀ ਇਹ ਪੁਜਾਈ ਹੈ ਐਵੇਂ ਹੀ ਪਿਛਲੇ 5000 ਸਾਲ ਦੌਰਾਨ ਕੋਈ ਸ਼ੁੱਧਰ ਬ੍ਰਾਹਮਣ ਨਹੀਂ ਬਣਿਆ ਤੇ ਕਿਸੇ ਬ੍ਰਾਹਮਣ ਨੇ ਕਿਸੇ ਹੋਰ ਜਾਤ ਦੀ ਪ੍ਰਸ਼ੰਸਾ ਨਹੀਂ ਕੀਤੀ ਜਾਤ ਪਾਤ ਵਾਸਤੇ ਵਿੱਚ ਆਰੀਆ ਨੇ ਭਾਰਤ ਦੇ ਮੂਲ ਵਾਸੀਆਂ ਨਾਲੋਂ ਆਪਣਾ ਵੱਖਰੇਵਾ ਸਥਾਪਿਤ ਕਰਨ ਲਈ ਲਾਗੂ ਕੀਤੀ ਸੀ ਆਰੀਆ ਨੇ ਭਾਰਤ ਦੇ ਮੂਲ ਵਾਸੀਆਂ ਨੂੰ ਆਪਣੀ ਕਿਸੇ ਜਾਤ ਵਿੱਚ ਨਹੀਂ ਸੀ ਗਿਣਿਆ ਆਰਿਆਂ ਲਈ ਭਾਰਤ ਦੇ ਮੂਲ ਵਾਸੀ ਉਹਨਾਂ ਦੇ ਸ਼ੂਦਰਾਂ ਨਾਲੋਂ ਵੀ ਨੀਵੇਂ ਸਨ ਇਹਨਾਂ ਨੂੰ ਚੰਡਾਲ ਜਾਂ ਮਲੇਚ ਕਿਹਾ ਜਾਂਦਾ ਸੀ ਜਾਤ ਪਾਤ ਕੇਵਲ ਭਾਰਤੀ ਵਰਤਾਰਾ ਨਹੀਂ ਸੰਸਾਰ 'ਚ ਜਿੱਥੇ ਵੀ ਉਪਜੀਵਕਾ ਦਾ ਸਾਧਨ ਖੇਤੀਬਾੜੀ ਤੇ ਸਮਾਜ ਪਿੰਡਾਂ ਪਿੰਡ ਕੇਂਦਰਿਤ ਹੈ ਉਥੇ ਕਿਸੇ ਨਾ ਕਿਸੇ ਪ੍ਰਕਾਰ ਦੀ ਜਾਤ ਪਾਤ ਹੈ ਹਰ ਦੇਸ਼ 'ਤੇ ਜਾਤ ਪਾਤ ਉਥੇ ਉਥੋਂ ਦੇ ਪ੍ਰਕਿਰਤਿਕ ਸਮਾਜਿਕ ਇਤਿਹਾਸਿਕ ਕਾਰਨਾ ਕਰਕੇ ਵੱਖਰੀ ਪਾਉਂਦੀ ਹੈ ਸਮਾਜ ਦਾ ਮੂਲ ਸਭਾ ਸਭ ਥਾਈਂ ਜਾਤ ਪਾਤੀ ਹੈ ਜਾਤ ਪਾਤ ਨੇ ਮੁੱਢ ਚੋਂ ਸਾਰੂ ਭੂਮਿਕਾ ਨਿਭਾਈ ਸੀ ਕਿਉਂਕਿ ਇਹਦਾ ਆਧਾਰ ਵਿਅਕਤੀ ਦੀ ਯੋਗਤਾ ਅਨੁਸਾਰ ਕੰਮ ਦੀ ਵੰਡ ਸੀ ਵਕਤ ਦੇ ਬੀਤਣ ਨਾਲ ਪਹਿਲਾਂ ਇਹ ਕਿੱਤੇ ਨਾਲ ਜੁੜੀ ਗਈ ਮਗਰੋਂ ਇਹ ਜਨਮ ਅਧਾਰਤ ਹੋ ਗਈ ਐਵੇਂ ਜੋ ਪਿਤਾਪੁਰਖੀ ਵਿਸ਼ੇਸ਼ਗਤਾ ਸੀ ਉਹ ਬੰਧਨ ਹੋਣੇ ਪਈ ਤੇ ਸਭ ਤੋਂ ਨਵੇਂ ਜਾਤ ਲਈ ਇਹ ਬੰਧਨ ਦੇ ਨਾਲ ਸਰਾਪ ਵੀ ਹੋ ਗਈ ਪਰਨਾਲੀ ਕੋਈ ਹੋਵੇ ਜਿਉਂ-ਜਿਉਂ ਇਹ ਸਖਤ ਹੋ ਕੇ ਵਿਗੜਦੀ ਜਾਂਦੀ ਹੈ ਤਿਉ ਤਵੇ ਦੀ ਔਗਣ ਮਜਬੂਤ ਹੁੰਦੇ ਜਾਂਦੇ ਹਨ ਜਦੋਂ ਕੋਈ ਲਾਭਕਾਰੀ ਵਰਤਾਰਾ ਵੇਲਾ ਵਿਹਾ ਚੁੱਕਦਾ ਹੈ ਤਾਂ ਸ਼ੋਸ਼ਣ ਦਾ ਸੰਧ ਬਣ ਜਾਂਦਾ ਹੈ ਵਕਤ ਦੇ ਬੀਤਣ ਨਾਲ ਵੱਖ-ਵੱਖ ਕਿੱਤੇ ਹੀ ਜਾਤਾਂ ਬਣ ਗਏ ਹਰੇਕ ਜਾਤ ਆਪਣੇ ਆਪ ਚ ਸੁੰਗੜ ਕੇ ਬੰਦ ਹੋ ਗਈ ਹਰੇਕ ਜਾਤ ਦਾ ਭੋਜਨ ਲਿਬਾਸ ਰੰਗ ਧਾਤ ਗਹਿਣੇ ਤੇ ਉਸ ਜਾਤ ਦੀ ਬ੍ਰਾਹਮਣ ਤੋਂ ਦੂਰੀ ਨਿਰਧਾਰਤ ਹੋ ਗਈ ਹਰੇਕ ਜਾਤ ਆਪਣੇ ਅਨੁਸਾਰਾਂ ਚ ਰਲਣ ਤੋਂ ਰੋਕਦੀ ਹੈ ਕਿਸੇ ਹੋਰ ਦਾ ਬਣਾਇਆ ਭੋਜਨ ਖਾਣ ਤੋਂ ਵਰਜਦੀ ਹੈ ਕਿਸੇ ਹੋਰ ਜਾਤ ਚ ਵਿਆਹ ਕਰਨ ਤੋਂ ਮਨਾਂ ਕਰਦੀ ਹੈ ਇਵੇਂ ਜੁਲਾਹੇ ਦੇ ਪੁੱਤਰ ਦੇ ਅਰਥ ਜੁਲਾਹਾ ਹੋ ਗਏ ਤੇ ਲੋਹਾਰ ਦੀ ਪਤਨੀ ਲੋਹਾਰਣ ਹੋ ਗਈ ਜਾਤ ਪਾਤ ਪ੍ਰਣਾਲੀ ਦੀ ਸਿਖਰ ਤੇ ਬੈਠੇ ਬ੍ਰਾਹਮਣਾਂ ਨੇ ਜਾਤ ਪਾਤ ਨੂੰ ਸਖਤਾਈ ਨਾਲ ਲਾਗੂ ਕੀਤਾ ਤੇ ਕਿਸੇ ਨੂੰ ਆਪਣੀ ਜਾਤ ਵਿੱਚੋਂ ਬਾਹਰ ਨਿਕਲਣ ਦਾ ਖਿਆਲ ਹੀ ਨਾ ਉਣ ਦਿੱਤਾ ਭਾਰਤੀ ਸਮਾਜ ਚਾਰ ਮੁੱਖ ਜਾਤਾਂ ਨੂੰ ਪਛਾਣਦਾ ਹੈ ਪਰ ਹਰੇਕ ਜਾਤ ਦੀਆਂ ਸੈਂਕੜੇ ਉਪਜਾਤਾਂ ਤੇ ਹਰੇਕ ਜਾਤ ਦੀਆਂ ਹਜ਼ਾਰਾਂ ਗੋਤਾਂ ਹਨ। ਇਵੇਂ ਹਰ ਜਾਤ ਦੇ ਲੋਕ ਆਪਣੇ ਆਨੁਜਾਤ ਨਹੀਂ ਗੋਤ ਦੇ ਆਧਾਰ ਤੇ ਜਾਣਦੇ ਹਨ। ਜਿਵੇਂ ਵਿਆਹ ਆਪਣੀ ਜਾਤ ਛੋਏਗਾ ਪਰ ਹੋਏਗਾ ਵੱਖਰੀ ਗੋਤ ਵਿੱਚ। ਜਾਤ ਪਾਤ ਦਾ ਸੰਕਲਪ ਮਨੁੱਖ ਨੇ ਕੁਦਰਤ ਵਿੱਚ ਲਈ ਦਰਜੇਬੰਦੀ ਤੋਂ ਲਿਆ ਹੈ। ਕੁਦਰਤ ਵਿੱਚ ਕਈ ਜੀਵ ਬਹੁਤ ਸ਼ਕਤੀਸ਼ਾਲੀ, ਕਈ ਵੱਡੇ, ਕਈ ਛੋਟੇ, ਕਈ ਕਮਜ਼ੋਰ ਹਨ। ਸੂਰਜ ਗ੍ਰਹਿ ਚੰਦ ਤਾਰੇ ਆਦਿ ਵੀ ਛੋਟੇ ਵੱਡੇ ਹਨ ਪਨਸਪਤੀ ਵਿੱਚ ਵੀ ਦਰਜੇਬੰਦੀ ਹੈ ਹੱਥ ਦੀਆਂ ਉਂਗਲਾਂ ਵਾਂਗ ਪਰਿਵਾਰ ਦੇ ਜੀਵਾਂ ਵਿੱਚ ਵੀ ਦਰਜੇਬੰਦੀ ਹੁੰਦੀ ਹੈ ਜੇ ਘਰ ਚ ਤਿੰਨ ਨੂਆ ਹੋਣ ਤਾਂ ਉਹਨਾਂ ਵਿੱਚ ਵੀ ਦਰਜੇਬੰਦੀ ਹੁੰਦੀ ਹੈ ਪੁਲਿਸ ਫੌਜ ਪ੍ਰਸ਼ਾਸਨ ਸਕੂਲਾਂ ਕਾਲਜਾਂ ਹਸਪਤਾਲਾਂ ਖੇਡਾਂ ਆਦਿ ਹਰੇਕ ਵਰਤਾਰੇ ਤੇ ਖੇਤਰ ਚ ਵਿਆਪਕ ਦਰਜੇਬੰਦੀ ਹੈ ਜਾਤ ਪਾਦਿਕ ਪ੍ਰਕਾਰ ਦੀ ਜਾਤ ਪਾਤ ਵੀ ਇੱਕ ਪ੍ਰਕਾਰ ਦੀ ਸਮਾਜਿਕ ਦਰਜੇਬੰਦੀ ਹੈ ਦਰਜੇਬੰਦੀ ਦਾ ਅਰਥ ਹੈ ਵੱਡੇ ਦਾ ਛੋਟੇ ਨਾਲ ਰਿਸ਼ਤਾ ਤਾਕਤਵਰ ਦਾ ਬਲਹੀਨ ਨਾਲ ਸੰਬੰਧ ਇਵੇਂ ਦਰਜੇਬੰਦੀ ਨਾ ਬਰਾਬਰੀ ਤੇ ਉਸਰੀ ਹੁੰਦੀ ਹੈ ਜਿਹੜੀ ਅਗੋਂ ਨਾ ਬਰਾਬਰੀ ਨੂੰ ਤ੍ਰਿੜ੍ਹ ਕਰਵਾਉਂਦੀ ਹੈ ਜਾਤ ਪਾਤ ਦੀ ਦਰਜੇਬੰਦੀ ਦਾ ਔਗਣੇ ਹੈ ਕਿਦਾ ਆਧਾਰ ਨਾ ਕੱਦ ਨਾ ਰੰਗ ਨਾ ਰੂਪ ਨਾ ਯੋਗਤਾ ਨਾ ਸਮਰੱਥਾ ਹੈ ਇਹ ਦਾ ਆਧਾਰ ਕੇਵਲ ਤੇ ਕੇਵਲ ਜਨਮ ਹੈ ਬਾਕੀ ਆਰਥਿਕ ਸਮਾਜਿਕ ਜਥੇਬੰਦੀਆਂ ਖੁੱਲੇ ਸੁਭਾਵ ਵਾਲੀਆਂ ਹੁੰਦੀਆਂ ਹਨ ਜਦ ਕਿ ਜਾਤ ਪਾਤ ਬੰਦ ਦਰਜੇਬੰਦੀ ਹੈ ਜੋ ਸ਼ੁੱਧਰ ਹੈ ਉਹਦੀ ਅਗਲੇਰੀਆਂ ਪੀੜੀਆਂ ਵੀ ਸ਼ੁੱਧਰ ਹੋਣਗੀਆਂ ਏਵੇਂ ਸ਼ੁੱਧਰ ਦਾ ਜਨਮ ਹੀ ਉਹਦਾ ਸਰਾਪ ਹੈ ਜੋ ਬ੍ਰਾਹਮਣ ਦੇ ਘਰ ਜਨਮਿਆ ਉਹ ਤੇ ਉਹਦੀਆਂ ਅਗਲੇਰੀਆਂ ਪੀੜੀਆਂ ਵੀ ਬ੍ਰਾਹਮਣ ਹੀ ਹੋਣਗੀਆਂ ਏਵੇਂ ਬ੍ਰਾਹਮਣ ਦਾ ਜਨਮ ਹੀ ਉਸ ਲਈ ਵਰਦਾਨ ਹੈ ਬਾਲਮਿਕ ਨੇ ਰਮਾਇਣ ਲਿਖੀ ਰਮਾਇਣ ਨੂੰ ਬ੍ਰਾਹਮਣਾ ਨੇ ਵੀ ਪੁੱਜਿਆ ਪਰ ਰਮਾਇਣ ਲਿਖਣ ਵਾਲਾ ਬਾਲਮਿਕ ਸ਼ੁੱਧਰ ਹੀ ਰਿਹਾ ਰੋਮਨ ਸਭਿਅਤਾ ਵਿੱਚ ਕੋਈ ਗੁਲਾਮ ਜਦੋਂ ਆਪਣੀ ਬਹਾਦਰੀ ਯੋਗਤਾ ਸਮਰੱਥਾ ਜਾਂ ਨਿਪੁੰਨਤਾ ਦਾ ਪ੍ਰਮਾਣ ਦਿੰਦਾ ਸੀ ਸਨਮਾਨ ਵਜੋਂ ਉਹਦਾ ਗੁਲਾਮ ਦਾ ਦਰਜਾ ਖਤਮ ਕਰਕੇ ਉਹਨੂੰ ਰੋਮਨ ਨਾਗਰਿਕ ਬਣਾ ਦਿੱਤਾ ਜਾਂਦਾ ਸੀ ਐਵੇਂ ਰੋਮਨ ਸਲਤਨਤ ਵਿੱਚਲੇ ਗੁਲਾਮਾਂ 'ਚ ਆਪਣੀ ਯੋਗਤਾ ਸੁਧਾਰਨ ਆਪਣੀ ਕਾਰਜਕੁਸ਼ਲਤਾ ਵਧਾਉਣ ਤੇ ਪੱਖੋਂ ਮੁਕਾਬਲਾ ਚੱਲਦਾ ਰਹਿੰਦਾ ਸੀ ਜਿਸ ਨਾਲ ਸਮੁੱਚੀ ਰੋਮਨ ਸਲਤਨਤ ਸ਼ਕਤੀਸ਼ਾਲੀ ਬਣੀ ਕਈ ਦੇਸ਼ਾਂ ਵੱਲੋਂ ਸਨਮਾਨ ਵਜੋਂ ਵਿਦੇਸ਼ੀਆਂ ਨੂੰ ਆਪਣਾ ਨਾਗਰਿਕ ਬਣਾਉਣ ਦੀ ਪ੍ਰਥਾ ਅੱਜ ਵੀ ਜਾਰੀ ਹੈ। ਭਾਰਤੀ ਜਾਤ ਪ੍ਰਣਾਲੀ ਵਿੱਚ ਕਿਸੇ ਪ੍ਰਕਾਰ ਦੀ ਲਚਕ ਨਹੀਂ ਹੈ। ਹਿੰਦੂ ਧਰਮ ਇੱਕ ਬੰਦ ਧਰਮ ਹੈ। ਹਿੰਦੂ ਦੀ ਸੰਤਾਨ ਹੀ ਹਿੰਦੂ ਹੋ ਸਕਦੀ ਹੈ। ਕੋਈ ਨਵਾਂ ਵਿਅਕਤੀ ਹਿੰਦੂ ਨਹੀਂ ਬਣ ਸਕਦਾ। ਹਿੰਦੂ ਧਰਮ 'ਚੋਂ ਨਿਕਲਿਆ ਜਾ ਸਕਦਾ ਹੈ ਹਿੰਦੂ ਧਰਮ 'ਚ ਪਰਵੇਸ਼ ਨਹੀਂ ਕੀਤਾ ਜਾ ਸਕਦਾ। ਇਹ ਸਖਤਾਈ ਵਾਲੀ ਜਾਤ ਪਾਤ ਪ੍ਰਣਾਲੀ ਕਾਰਨ ਭਾਰਤ ਸਥਥਲ ਹੋ ਗਿਆ ਹੈ। ਇਹਦਾ ਵਿਕਾਸ ਰੁਕ ਗਿਆ ਤੇ ਜੋ ਬਾਹਰੋਂ ਆਇਆ ਉਹ ਹਿੰਦੂ ਨਹੀਂ ਬਣਿਆ ਉਹ ਹਿੰਦੂਆਂ ਵਾਲੇ ਭਾਰਤ ਤੇ ਕਾਬਜ਼ ਹੋ ਬੈਠਾ ਜਾਤ ਪਾਤ ਕਾਰਨ ਭਾਰਤ ਵਿੱਚ ਇਕਤਾ ਕਦੇ ਨਹੀਂ ਹੋਈ ਕਿਉਂਕਿ ਹਰ ਕੋਈ ਆਪਣੇ ਆਪ ਨੂੰ ਸ਼ੁੱਧ ਰੱਖਣ ਬਾਰੇ ਹੀ ਸੋਚਦਾ ਰਿਹਾ ਵਿਦੇਸ਼ੀ ਹਮਲਾਵਰ ਹਿੰਦੂਆਂ ਦੇ ਖੂਹਾਂ 'ਚ ਮਰੇ ਜਾਨਵਰ ਸੁੱਟ ਦਿੰਦੇ ਸਨ ਤੇ ਸਾਰਾ ਪਿੰਡ ਪਿਆਸਾ ਮਰ ਜਾਂਦਾ ਸੀ ਜਾਤ ਪਾਤ ਪ੍ਰਣਾਲੀ ਕਾਰਨ ਹੀ ਸਾਡੇ ਦੇਸ਼ 'ਚ ਹੱਥ ਮਿਲਾਉਣ ਦੀ ਪ੍ਰਥਾ ਨਹੀਂ ਜਾਤ ਪਾਤ ਕਾਰਨ ਹਿੰਦੂ ਧਰਮ ਚ ਲੰਗਰ ਦੀ ਪ੍ਰਥਾ ਜਾਂ ਕੋਈ ਸਾਂਝੀ ਸੰਸਥਾ ਸਥਾਪਿਤ ਹੋਣ ਦੀ ਕੋਈ ਸੰਭਾਵਨਾ ਨਹੀਂ ਉਪਜ ਸਕਦੀ ਇਹਨਾਂ ਕਾਰਨਾਂ ਕਰਕੇ ਭਾਰਤ ਸੁੰਗੜਦਾ ਗਿਆ ਸੁੰਗੜਨ ਕਾਰਨ ਇਹ ਸੰਕੀਰਣ ਹੋ ਗਿਆ ਸੰਕੀਰਣਤਾ ਦਾ ਕਾਰਨ ਮਾਨਸਿਕ ਪੱਖੋਂ ਇਹ ਕੇਵਲ ਪਰੰਪਰਾ ਪਾਲਣ ਜੋਗਾ ਰਹਿ ਗਿਆ ਜਾਤ ਪਾਤ ਪ੍ਰਣਾਲੀ ਦੇ ਸਿਖਰ ਤੇ ਬ੍ਰਾਹਮਣ ਬੈਠਾ ਹੋਇਆ ਬ੍ਰਾਹਮਣ ਕੋਲ ਅੱਗੇ ਉਹ ਕਿ ਖਤਰੇ ਦੇ ਸਾਹਮਣੇ ਹੋਣ ਦੀ ਦਲੇਰੀ ਨਹੀਂ ਸੁਰੱਖਿਅਤ ਸਿਖਰ ਤੇ ਬੈਠਣ ਦੀ ਲਾਲਸਾ ਹੈ ਸਿਖਰ ਤੇ ਬਹਿ ਕੇ ਬ੍ਰਾਹਮਣ ਨੇ ਸਾਰੇ ਅਧਿਕਾਰ ਸੰਭਲੇ ਜੱਤ ਪੱਤੀ ਵੰਡੀਆਂ ਰਹੀ ਸੁਰੱਖਿਅਤ ਬ੍ਰਾਹਮਣ ਨੇ ਆਪਣੇ ਵਿਰੁੱਧ ਕਦੇ ਵੀ ਕੋਈ ਵਿਦਰੋਹ ਪੁੱਜਣ ਹੀ ਨਹੀਂ ਦਿੱਤਾ ਭਾਰਤ ਵਿੱਚ ਬ੍ਰਾਹਮਣ ਰੱਬ ਨਾਲੋਂ ਵੀ ਵਧੇਰੇ ਸ਼ਕਤੀਸ਼ਾਲੀ ਹੋ ਗਏ ਇਹਨਾਂ ਨੇ ਰੱਬ ਦੇ ਸਿਰਜੇ ਸੰਸਾਰ ਨੂੰ ਮਾਇਆ ਕਹਿ ਕੇ ਰੱਦ ਕੀਤਾ ब्राह्मणਾਂ ਨੇ ਆਪ ਰਾਜ ਕਰਨ ਦਾ ਯਤਨ ਨਹੀਂ ਕੀਤਾ ਕਿਉਂਕਿ ਉਹਨਾਂ ਕੋਲ ਰਾਜ ਦੀ ਰੱਖਿਆ ਕਰਨ ਦਾ ਬਾਹੂਬਲ ਤੇ ਕੁਰਬਾਨੀਆਂ ਕਰਨ ਦੀ ਦਲੇਰੀ ਨਹੀਂ ਸੀ ਸੋ ਇਹ ਰਾਜ ਤਿਲਕ ਲਾਉਣ ਵਾਲੇ ਰਾਜ ਪੁਜੋਹਤ ਬਣ ਕੇ ਖਤਰਿਆਂ ਤੋਂ ਸੁਰੱਖਿਅਤ ਸਭ ਸੁਹੂਲਤਾ ਮਾਣਦੇ ਰਹੇ ਇਹ ਚਾਣਕਿਆ ਤੇ ਮਨੂ ਬਣ ਕੇ ਆਪਣੀ ਨੀਤੀ ਲਾਗੂ ਕਰਦੇ ਰਹੇ ਰਾਜੇ ਕੋਲ ਕਿਸੇ ਜਾਤ ਜਾਂ ਗੋਤ ਦਾ ਦਰਜਾ ਘਟਾਉਣ ਤੇ ਸਾਰੇ ਝਗੜੇ ਨਿਪਟਾਉਣ ਦਾ ਅਧਿਕਾਰ ਸੀ ਪਰ ਇਹਨਾਂ ਮਾਮਲਿਆਂ 'ਚ ਸਲਾਹਕਾਰ ਬ੍ਰਾਹਮਣ ਹੁੰਦਾ ਸੀ ਇਵੇਂ ਬ੍ਰਾਹਮਣ ਰਾਜੇ ਦੀ ਸ਼ਕਤੀ ਰਹੀ ਆਪ ਰਾਜ ਕਰਦੇ ਰਹੇ ਹਨ ਇਹਨਾਂ ਨੇ ਕਿਸੇ ਦਾ ਦਰਜਾ ਵਧਾਇਆ ਨਹੀਂ ਪਰ ਘਟਾਇਆ अनेਕਾਂ ਦਾ ਹੈ ਬ੍ਰਾਹਮਣ ਨੂੰ ਕਦੇ ਵੀ ਕਿਸੇ ਪ੍ਰਕਾਰ ਦੀ ਸਮਾਜਿਕ ਆਰਥਿਕ ਧਾਰਮਿਕ ਤੇ ਰਾਜਨੀਤਿਕ ਅਸੁਰੱਖਿਆ ਦਾ ਸਾਹਮਣਾ ਨਹੀਂ ਕਰਨਾ ਪਿਆ ਉਹ ਕੋਈ ਟੈਕਸ ਦਿੰਦਾ ਨਹੀਂ ਸੀ ਉਹ ਰਾਜੇ ਟੈਕਸਾਂ 'ਚੋਂ ਹਿੱਸਾ ਲੈਂਦਾ ਸੀ ਬ੍ਰਾਹਮਣਾ ਲਈ ਸਾਰੇ ਖੇਤਰ ਤੇ ਰੋਜ਼ਗਾਰ ਖੁੱਲੇ ਸਨ ਜਿਸ ਕਾਰਨ ਉਹ ਰਾਜੇ ਵੀ ਬਣੇ ਰਸੋਈਏ ਵੀ ਉਪਰਬੰਧਕ ਵੀ ਬਣੇ ਤੇ ਵਪਾਰੀ ਵੀ ਪਰ ਹੋਰਾਂ ਜਾਤਾਂ ਦੇ ਕਿੱਤੇ ਦਾ ਤਬਾਦਲਾ ਮਨਾ ਸੀ ਸੰਸਾਰ 'ਚ ਕਿਧਰੇ ਵੀ ਜਨਮ ਕਿੱਤਾ ਤੇ ਜਾਤ ਭਾਰਤ ਵਾਂਗ ਪੱਕੇ ਤਰੰਬ ਬੱਝੇ ਹੋਏ ਨਹੀਂ ਹਨ ਜਾਤ ਪਾਤ ਕਾਰਨ ਹੀ ਭਾਰਤ ਵਿੱਚ ਵਿਗਿਆਨ ਨਹੀਂ ਉਪਜ ਸਕਿਆ ਕਿਉਂਕਿ ਬ੍ਰਾਹਮਣਾਂ ਕੋਲ ਗਿਆਨ ਸੀ ਪਰ ਉਹ ਪ੍ਰਯੋਗਾਂ ਲਈ ਹੱਥੀਂ ਕਾਰਜ ਕਰਨ ਲਈ ਤਿਆਰ ਨਹੀਂ ਸਨ ਤੇ ਜਿਨ੍ਹਾਂ ਸ਼ੂਦਰਾਂ ਉੱਤੇ ਹੱਥੀਂ ਕੰਮ ਕਰਨ ਦੀ ਜ਼ਿੰਮੇਵਾਰੀ ਸੀ ਉਹਨਾਂ ਕੋਲ ਗਿਆਨ ਨਹੀਂ ਸੀ ਗਿਆਨ ਦੇ ਗ੍ਰੰਥਾਂ ਤੇ ਇਹਨਾਂ ਦੀ ਭਾਸ਼ਾ ਸੰਸਕ੍ਰਿਤ ਤੇ ਬ੍ਰਾਹਮਣ ਦਾ ਸੰਪੂਰਨ ਕਬਜ਼ਾ ਭਾਰਤ ਦੇ ਪਿਛੜੇ ਤੇ ਗਰੀਬ ਹੋਣ ਦਾ ਮੁੱਖ ਕਾਰਨ ਹੈ ਬ੍ਰਾਹਮਣ ਦੀ ਦ੍ਰਿਸ਼ਟੀ ਚੰਗਰੇਜ਼ ਮੋਰਕਸਨ ਜਿਨ੍ਹਾਂ ਨੇ ਸਕੂਲਾਂ ਕਾਲਜਾਂ ਰਾਈ ਹਰ ਕਿਸੇ ਲਈ ਗਿਆਨ ਤੱਕ ਪਹੁੰਚ ਸੰਭਵ ਬਣਾ ਦਿੱਤੀ ਤੇ ਗਿਆਨवान ਹੋ ਕੇ ਭਾਰਤ ਵਾਸੀ ਅੰਗਰੇਜ਼ਾਂ ਵਿਰੁੱਧ ਸੁਤੰਤਰਤਾ ਅੰਦolan ਚਲਣ ਲੱਗ ਪਏ ਤੇ ਇੱਕ ਸਦੀ ਵਿੱਚ ਹੀ ਅੰਗਰੇਜ਼ਾਂ ਦੇ ਪੈਰ ਓਖੜ ਗਏ ब्राह्मण ਆਪਣੇ ਬਾਰੇ ਬੜੇ ਮਾਣ ਨਾਲ ਕਹਿੰਦੇ ਹਨ ਕਿ ਉਹਨਾਂ ਨੇ ਭਾਰਤ ਤੇ ਹਜ਼ਾਰਾਂ ਸਾਲ ਰਾਜ ਕੀਤਾ ਕਿਉਂਕਿ ਉਹਨਾਂ ਦੇ ਗਿਆਨ ਉੱਤੇ ਆਪਣੇ ਕਬਜ਼ੇ ਕਾਰਨ ਕਿਸੇ ਹੋਰ ਨੂੰ ਗਿਆਨ ਪ੍ਰਾਪਤ ਹੀ ਨਹੀਂ ਕਰਨ ਦਿੱਤਾ। ਬ੍ਰਾਹਮਣਾਂ ਨੇ ਸਭ ਤੋਂ ਵੱਧ ਜ਼ੁਲਮ ਸ਼ੂਦਰਾਂ ਤੇ ਢਾਏ ਹਨ। ਸ਼ੂਦਰਾਂ ਦੇ ਪਰਿਵਾਰ ਦਾ ਇੱਕ ਲੜਕਾ ਤਿੱਖੇ ਦਿਮਾਗ ਵਾਲਾ ਸੀ ਜਿਹਨਾਂ ਦੇ ਘਰ ਚੋਂ ਕੰਮ ਕਰਦਾ ਸੀ। ਉਹਨਾਂ ਨੇ ਉਹਨੂੰ ਆਪਣੇ ਕੋਲ ਰੱਖ ਲਿਆ ਤੇ ਪੜਨ ਲਈ ਸਕੂਲ ਦਾਖਲ ਕਰਵਾ ਦਿੱਤਾ। ਸਕੂਲ ਦੀ ਪੜ੍ਹਾਈ ਉਪਰੰਤ ਉਹਨੂੰ ਇੱਕ ਦੁਕਾਨ ਖੁਲਵਾ ਦਿੱਤੀ ਇੱਕ ਵਾਰੀ ਜਦੋਂ ਮਾਲਕ ਵਿਦੇਸ਼ ਤੋਂ ਵਾਪਸ ਮੁੜਿਆ ਤਾਂ ਉਹਨੇ ਵੇਖਿਆ ਦੁਕਾਨ ਬੰਦ ਸੀ ਤੇ ਉਹ ਲੜਕਾ ਮੁਹੱਲੇ 'ਚ ਪਖਾਨੇ ਸਾਫ਼ ਕਰਨ ਦਾ ਪੁਛਤੀ ਕੰਮ ਕਰ ਰਿਹਾ ਸੀ ਲੜਕੇ ਨੇ ਦੱਸਿਆ ਦੁਕਾਨ ਖੋਲਣ ਕਾਰਨ ਜਾਤ ਦੇ ਚੌਧਰੀਆਂ ਨੇ ਬਹਾਮਣਾਂ ਦੇ ਕਹਿਣ ਤੇ ਉਹਨੂੰ ਜਾਤ 'ਚੋਂ ਕੱਢ ਦਿੱਤਾ ਸੀ ਤੇ ਉਹਦੇ ਪਰਿਵਾਰ ਨਾਲ ਲੈਣ-ਦੇਣ ਬੰਦ ਕਰ ਦਿੱਤਾ ਸੀ ਐਵੇਂ ਉਹਦੀਆਂ ਭੈਣਾਂ ਤੇ ਉਹਦਾ ਆਪਣਾ ਵਿਆਹ ਨਹੀਂ ਹੋ ਸਕੇਗਾ ਸੋ ਦੁਕਾਨ ਬੰਦ ਕਰਕੇ ਮੁੜ ਆਪਣੇ ਪਖਾਨੇ ਸਾਫ਼ ਕਰਨ ਦਾ ਪੁਸ਼ਤੀ ਕੰਮ ਕਰਨ ਲੱਗ ਪਿਆ ਇਹ ਜਾਤ ਪਾਤੀ ਸੋਚ ਦੀ ਇੱਕ ਉਦਾਹਰਣ ਹੈ ਭਾਰਤ ਵਿੱਚ ਕੋਈ ਅਜਿਹਾ ਜ਼ੁਲਮ ਨਹੀਂ ਜੋ ਸ਼ੂਦਰ ਨੂੰ ਸਹਿਣ ਨਹੀਂ ਕਰਨਾ ਪਿਆ ਸ਼ੂਦਰ ਲਈ ਛਤਰੀ ਵਰਤਣੀ ਲੱਕ ਤੋਂ ਉੱਪਰ ਸਰੀਰ ਟਕਣਾ ਆਪਣੀ ਰਹਾਇਸ਼ ਬਣਾਉਣੀ ਹੋਰ ਜਾਤਾਂ ਦੀ ਗਲੀ ਚੋਂ ਲੰਘਣਾ ਬ੍ਰਾਹਮਣਾ ਵੱਲ ਝਾਕਣਾ ਬ੍ਰਾਹਮਣ ਨੇ ਮਨਾ ਕੀਤਾ ਹੋਇਆ ਸੀ ब्राह्मण ਇਸਤਰੀਆਂ शूਦਰ ਨੂੰ ਵੇਖ ਕੇ ਅੱਖਾਂ ਧੋਉਂਦੀਆਂ ਸਨ। शूਦਰ ਨੂੰ ਆਉਂਦਿਆਂ ਹੋਰਾਂ ਨੂੰ ਸਾਵਧਾਨ ਕਰਨ ਲਈ ਆਪਣੀ ਪਛਾਣ ਲਈ ਘੰਟੀ ਵਜਾਉਣੀ ਪੈਂਦੀ ਸੀ। ਸਿੰਘ ਲਾਉਣੇ ਪੈਂਦੇ ਸੀ ਤੇ ਆਪਣੇ ਪੈਰਾਂ ਦੇ ਨਿਸ਼ਾਨ ਮਿਟਾਉਣ ਲਈ ਕੰਡਿਆਲੀ ਝਾੜੀ ਕਸੇਟਣੀ ਪੈਂਦੀ ਸੀ। ਹਰ शूਦਰ ਇਹ ਸੋਚਦਾ ਸੀ ਕਿ ਉਹਦੀ ਨੀਵੀਂ ਜਾਤ ਉਹਦੀ ਮਾੜੀ ਕਿਸਮਤ ਕਾਰਨ ਸੀ। ਸੋ ਅਗਲੇ ਜਨਮ 'ਚ ਚੰਗੇ ਜੀਵਨ ਲਈ ਉਹ ਕਿਸੇ ਉੱਚੀ ਜਾਤ 'ਚ ਜਨਮ ਲੈਣ ਦਾ ਸੁਪਨਾ ਵੇਖਦਾ ਸੀ। ब्राह्मण ਦੀ ਦ੍ਰਿਸ਼ਟੀ 'ਚ ਬ੍ਰਾਹਮਣ ਤੋਂ ਇਲਾਵਾ ਸਭ শূਦਰ ਸਨ ਜਿਸ ਕਾਰਨ ਹਰੇਕ ਜਾਤ ਜਾਤ ਦੀ ਛਾ ਬ੍ਰਾਹਮਣ ਦੀ ਪਰਵਾਨਗੀ ਪ੍ਰਾਪਤ ਕਰਨ ਦੀ ਸੀ ਜਿਹੜੀ ਆਪਣੇ ਜਾਤ ਪਾਤੀ ਵਿਹਾਰ 'ਚ ਪੱਕੇ ਰਹਿ ਕੇ ਹੀ ਪ੍ਰਾਪਤ ਕੀਤੀ ਜਾ ਸਕਦੀ ਸੀ ਇਸ ਕਾਰਨ ਹਰੇਕ ਜਾਤ ਆਪਣੇ ਨੂੰ ਹੋਰ ਜਾਤਾਂ ਨਾਲ ਕਿਸੇ ਪ੍ਰਕਾਰ ਦੇ ਰਿਸ਼ਤੇ ਨਾਤੇ ਸਹਚਾਰਜਾ ਸਭਿਆਚਾਰਕ ਆਦਾਨ ਪ੍ਰਦਾਨ ਤੋਂ ਰੋਕਦੀ ਸੀ ਤੇ ਦੰਡ ਦਾ ਭਾਗੀ ਵੀ ਬਣਾਉਂਦੀ ਸੀ ਭਾਰਤ ਚ ਕੇਵਲ ਆਪਣੀ ਜਾਤ ਦੇ ਹੱਥਾਂ ਦਾ ਪਕਾਇਆ ਭੋਜਨ ਖਾਣ ਤੇ ਆਪਣੀ ਜਾਤ ਵਿੱਚ ਹੀ ਵਿਆਹ ਕਰਨ ਦੀ ਆਗਿਆ ਸੀ ਭਾਰਤੀ ਜਾਤਪਾਤ ਪ੍ਰਣਾਲੀ ਚ ਵੱਖਰੇਵੇਂ ਗੋਤ ਅਧਾਰਤ ਹਨ ਜੇ ਇੱਕ ਗੋਤ ਦੇ ਲੋਕ ਗਊਆਂ ਪਾਲਦੇ ਹਨ ਤਾਂ ਦੂਜੀ ਗੋਤ ਤੇ ਗਊਆਂ ਨਹੀਂ ਪਾਲਦੇ ਦੁੱਧ ਖਰੀਦ ਕੇ ਮੱਖਣ ਬਣਾਉਂਦੇ ਹਨ ਜੇ ਇੱਕ ਗੋਤ ਦੇ ਲੋਕ ਸਿਰ ਤੇ ਬੋਝਾ ਚੁੱਕਦੇ ਆ ਤਾਂ ਦੂਜੀ ਗੋਤ ਦੇ ਮੋਢੇ ਤੇ ਚੁੱਕਣਗੇ ਘਰਾਂ 'ਚ ਹਰੇਕ ਗੋਤ ਦੇ ਨੌਕਰ ਦਾ ਕਾਰਜ ਵੱਖਰਾ ਹੁੰਦਾ ਹੈ ਜੇ ਇੱਕ ਗੋਤ ਦੇ ਲੋਕ ਜੁੱਤੀਆਂ ਬਣਾਉਂਦੇ ਆ ਤਾਂ ਦੂਜੀ ਗੋਤ ਮਰਮਤ ਹੀ ਕਰਦੀ ਹੈ ਜੰਗਲੀ ਜੀਵਾਂ ਦਾ ਸ਼ਿਕਾਰ ਕਰਨ ਵਾਲਿਆਂ ਨੂੰ ਖੇਤੀ ਕਰਨ ਤੇ ਕਈ ਗੋਤਾਂ ਨੂੰ ਖੇਤ ਵੇਖਣ ਦੀ ਵੀ ਆਗਿਆ ਨਹੀਂ ਹੈ ਜੇਕੂ ਗੋਦਾ ਕੁਮਾਰ ਖਲੋ ਕੇ ਘੜੇ ਬਣਾਉਂਦਾ ਦੂਜੀ ਗੋਦਾ ਕੁਮਾਰ ਬੈਠ ਕੇ ਛੋਟੇ ਬਰਤਨ ਬਣਾਏਗਾ ਦੱਖਣੀ ਭਾਰਤ ਵਿੱਚ ਹਰ ਜਾਤ ਦੇ ਵਿਦਿਆਰਥੀਆਂ ਲਈ ਸਕੂਲ ਪਹੁੰਚਣ ਵਾਸਤੇ ਰਸਤਾ ਤੇ ਜਮਾਤ ਵਿੱਚ ਬੈਠਣ ਦਾ ਸਥਾਨ ਵੱਖਰਾ ਰਿਹਾ ਸਾਡੇ ਆਪਣੇ ਯੁੱਗ ਦੇ ਅੰਬੇਦਕਰ ਨੂੰ ਲੰਮੇ ਤੇ ਗੰਦੇ ਰਸਤੇ ਰਹੀਂ ਸਕੂਲ ਜਾਣਾ ਪੈਂਦਾ ਸੀ ਕਿਉਂਕਿ ਜੋ ਬ੍ਰਾਹਮਣ ਨਹੀਂ ਉਹ ਸ਼ੁੱਦਰ ਸੀ ਉਪਲੀਤ ਸੀ ਭਾਰਤ ਵਿੱਚ ਜਾਤ ਪਾਤ ਕਿਤਾ ਅਧਾਰਿਤ ਹੀ ਨਹੀਂ ਭੋਜਨ ਅਧਾਰਿਤ ਵੀ ਹੈ ਜਿਵੇਂ ਜਾਤ ਉੱਚੀ ਹੁੰਦੀ ਜਾਂਦੀ ਹੈ ਭੋਜਨ ਸ਼ੁੱਧ ਹੁੰਦਾ ਜਾਂਦਾ ਹੈ ਖਾਣ ਪੀਣ ਸੰਬੰਧੀ ਇਹ ਪ੍ਰਵਿਰਤੀ ਸਾਡੇ ਸਮਾਜ 'ਚ ਇੰਨੀ ਵਿਆਪਕ ਰਹੀ ਹੈ ਕਿ ਹੁਣ ਵੀ ਅਕਸਰ ਹਰੇਕ ਸਮਾਗਮ 'ਚ ਹਰ ਕੋਈ ਵੇਖਦਾ ਹੈ ਕੋਈ ਕੀ ਖਾ ਰਿਹਾ ਤੇ ਕੀ ਪੀ ਰਿਹਾ ਹੈ ਜਾਤ ਪਾਤ ਕਾਰਨ ਸਾਡੇ ਸਮਾਜ ਵਿੱਚ ਸਾਂਝ ਕੋਈ ਨਹੀਂ ਵੱਖਰੇਵੇਂ ਹੀ ਹਨ ਹਰ ਕੋਈ ਅਜੀਬ ਜੀਵ ਤਰਕ ਦੇ ਕੇ ਆਪਣੀ ਜਾਤ ਨੂੰ ਉੱਚੀ ਤੇ ਹੋਰਾਂ ਨਾਲੋਂ ਸ਼ੁੱਧ ਤੇ ਉੱਚੀਰੀ ਸਿੱਧ ਕਰਨ ਦਾ ਯਤਨ ਕਰਦਾ ਹੈ ਮਹਾਤਮਾ ਗਾਂਧੀ ਨੇ ਤਿੰਨ ਸਾਲ ਇੰਗਲੈਂਡ ਰਕੇ ਪੜ੍ਹਾਈ ਕੀਤੀ ਸੀ ਇਹਨਾਂ ਤਿੰਨ ਸਾਲਾਂ 'ਚ ਗਾਂਧੀ ਜੀ ਨਾਲ ਕੀ ਕੀ ਵਾਪਰਿਆ ਉਹਨਾਂ ਦਾ ਉਸ ਦਾ ਉਹਨਾਂ ਦੀ ਸਵੈ ਜੀਵਨੀ 'ਚ ਕੋਈ ਉਲੇਖ ਨਹੀਂ ਇਹ ਤਿੰਨ ਸਾਲ ਗਾਂਧੀ ਜੀ ਕਿਸੇ ਪੁਰਸ਼ ਜਾਂ ਔਰਤ ਦੇ ਸੰਪਰਕ ਚ ਆਉਣ ਤੋਂ ਬਚਦੇ ਰਹੇ ਦੇ ਸ਼ਾਕਾਹਾਰੀ ਬਣੇ ਰਹਿੰਦੇ ਯਤਨ ਚ ਖਾਣ ਪੀਣ ਤੋਂ ਸੰਕੋਚ ਕਰਨ ਦੀ ਚਿੰਤਾ ਚ ਹੀ ਗਰਸੇ ਰਹੇ ਭਾਰਤ ਵਿੱਚ ਜਦੋਂ ਕਿਸੇ ਜਾਤ ਗੋਦ ਦੇ ਲੋਕ ਆਪਣਾ ਪੱਧਰ ਉੱਚਾ ਚੁੱਕਣਾ ਚਾਹੁੰਦੇ ਹਨ ਤਾਂ ਪਹਿਲਾਂ ਉਹ ਗੋਲ ਮੋਲ ਢੰਗ ਨਾਲ ਉਚੇਰੀ ਜਾਤ ਨਾਲ ਬਰਾਬਰੀ ਦਰਸਾਉਂਦੇ ਆ ਫਿਰ ਸਫਲਤਾ ਨਹੀਂ ਮਿਲਦੀ ਸੀ ਕਿਉਂਕਿ ਜਿਨ੍ਹਾਂ ਨਾਲ ਬਰਾਬਰੀ ਕਰਨ ਦਾ ਯਤਨ ਕੀਤਾ ਜਾਂਦਾ ਸੀ ਉਹ ਇਹਨੂੰ ਆਪਣਾ અપਮਾਨ ਸਮਝਦੇ ਸੀ ਤੇ ਹੋਰਾਂ ਵੱਲੋਂ ਬਰਾਬਰ ਹੋਣ ਦੇ ਯਤਨਾਂ ਦਾ ਵਿਰੋਧ ਕਰਦੇ ਸਨ ਇੱਕ ਵਾਰੀ ਦੱਖਣ ਵਿੱਚ ਲੋਹਾਰਾ ਨੇ ਆਪਣੇ ਸਾਰੇ ਸ਼ਲੋਕ ਸੰਸਕ੍ਰਿਤ ਚ ਰਚਨੇ ਸ਼ੁਰੂ ਕੀਤੇ ਸਾਰਿਆਂ ਨੇ ਵਿਰੋਧ ਕਰਕੇ ਬੰਦ ਕਰਵਾ ਦਿੱਤੇ ਜਾਤ ਪਾਤ ਪ੍ਰਣਾਲੀ ਕਾਰਨ ਭਾਰਤ ਉੱਤੇ ਪਹਿਲਾਂ ਮੁਗਲਾਂ ਤੇ ਮਗਰੋਂ ਅੰਗਰੇਜ਼ਾਂ ਨੂੰ ਰਾਜ ਕਰਨ ਚ ਮੁਸ਼ਕਲ ਨਹੀਂ ਆਈ ਕਿਉਂਕਿ ਜਾਤਾਂ ਪਾਤਾਂ ਚ ਵੰਡੇ ਹੋਣ ਕਾਰਨ ਹਿੰਦੂ ਸਮਾਜ ਨੇ ਇਹਨਾਂ ਵਿਦੇਸ਼ੀ ਹਾਕਮਾਂ ਲਈ ਕੋਈ ਸਮੱਸਿਆ ਨਹੀਂ ਸੀ ਉਪਜਾਈ ਇਵੇਂ ਜਾਤਾਂ ਪਾਤਾਂ ਚ ਵੰਡੇ ਭਾਰਤ ਵਿੱਚ ਵਿਦੇਸ਼ੀ ਹਾਕਮਾਂ ਨੂੰ ਪਾੜੋ ਤੇ ਰਾਜ ਕਰੋ ਦੀ ਨੀਤੀ ਵਰਤਨ ਦੀ ਲੋੜ ਹੀ ਨਹੀਂ ਪਈ ਕਿਉਂਕਿ Hindu ਧਰਮ ਦੀ ਜਾਤ ਪ੍ਰਣਾਲੀ ਦਾ ਇਹ ਅਸੂਲ ਹੈ ਕਿ ਕਿਸੇ ਦੇ ਨੇੜੇ ਨਾ ਹੋ ਤੇ ਕਿਸੇ ਨੂੰ ਆਪਣੇ ਨੇੜੇ ਨਾ ਹੁੰਦਿਓ ਇਨੀਆਂ ਵੰਡੀਆਂ ਦੇ ਬਾਵਜੂਦ ਭਾਰਤ ਦੀ ਏਕਤਾ ਕਿਵੇਂ ਬਣੀ ਰਹੀ ਭਾਰਤ ਇੱਕ ਦੇਸ਼ ਨਹੀਂ ਇੱਕ ਸਭਿਆਤਾ ਹੈ ਸਭਿਆਤਾ ਦੀ ਸਾਂਝ ਕਾਰਨ ਭਾਰਤ ਖਿੰਡਿਆ ਨਹੀਂ ਜਾਤ ਪਾਤ ਨੇ ਸਮਾਜ ਨੂੰ ਵੱਖ-ਵੱਖ ਵਰਗਾਂ 'ਚ ਵੰਡਿਆ ਪਰ ਜਾਤ ਜਾਂ ਕੋਤ ਕੋਈ ਹੋਵੇ ਪੁရောਹਤ ਹਮੇਸ਼ਾ ਬ੍ਰਾਹਮਣੀ ਰਹਾ ਬ੍ਰਾਹਮਣ ਪੁရောਹਤਾਂ ਦੀ ਆਪਸੀ ਸਾਂਝ ਕਾਰਨ ਜਾਤ ਪਾਤ ਦੀਆਂ ਵੰਡੀਆਂ ਤੇ ਵੱਖਰੇਵਿਆਂ ਦੇ ਬਾਵਜੂਦ ਭਾਰਤ ਟੁੱਟਣ ਤੋਂ ਬਚਿਆ ਰਿਹਾ ਭਾਰਤ ਦੇ ਪਿੰਡ ਜਾਤ ਪਾਤ ਪ੍ਰਣਾਲੀ ਨੂੰ ਦ੍ਰਿੜ ਕਰਨ ਵਾਲੀਆਂ ਸੰਸਥਾਵਾਂ ਹਨ ਇੱਕ ਕਾਰਨ ਇਹ ਵੀ ਸੀ ਕਿ ਕਿੱਤਿਆਂ ਦੀ ਜਾਤ ਪਾਤੀ ਵੰਡ ਕਾਰਨ ਕਿਸੇ ਜਾਤ ਦਾ ਹੋਰ ਜਾਤਾਂ ਦੀ ਸਰਪ੍ਰਸਤੀ ਦਾਨ ਤੇ ਰੱਖਿਆ ਤੋਂ ਬਿਨਾ ਨਹੀਂ ਸੀ ਸਰਦਾ ਸੋ ਹਰ ਜਾਤ ਦੇ ਲੋਕ ਆਪਣਾ ਸਮਾਜਿਕ ਰੋਲ ਨਿਭਾਉਂਦੇ ਸਨ ਭਾਰਤ ਵਿੱਚ ਭਗਤੀ ਲਹਿਰ ਤੇ ਸੂਫੀ ਲਹਿਰ ਨੇ ਪਹਿਲੀ ਵਾਰ ਜਾਤ ਪਾਤ ਤੋੜਨ ਦੇ ਉਪਰਾਲੇ ਕੀਤੇ ਗੁਰੂ ਗੋਬਿੰਦ ਸਿੰਘ ਨੇ ਜਾਤ ਪਾਤ ਮੁਕਤ ਹਥਿਆਰਬੰਦ ਖਾਲਸੇ ਦੀ ਸਿਰਜਣਾ ਕੀਤੀ ਸ਼ਿਵਾਜੀ ਨੇ ਪਹਿਲਾ ਮਰਾਠਿਆਂ ਨੂੰ ਖत्री ਹੋਣ ਦੀ ਮਾਨਤਾ ਦਿਵਾਉਣ ਦਾ ਯਤਨ ਕੀਤਾ ਪਰ ਮੰਨਤਾ ਨਾ ਮਿਲੀ ਮਗਰ ਉਹ ਮਰਾਠਿਆਂ ਦੀਆਂ ਜਿੱਤਾਂ ਕਾਰਨ ਉਹਨਾਂ ਦਾ ਮਾਣ ਸਤਿਕਾਰ ਖੱਤਰੀਆਂ ਨਾਲੋਂ ਵੀ ਵੱਧ ਗਿਆ ਤੇ ਮਰਾਠੇ ਕੋਹਾਂ ਚੀ ਮਾਣ ਮਹਿਸੂਸ ਕਰਨ ਲੱਗ ਪਏ ਭਾਰਤ ਵਿੱਚ ਅੰਗਰੇਜ਼ਾਂ ਦੇ ਆਉਣ ਨਾਲ ਸਾਰੇ ਧਰਮਾਂ 'ਚ ਖਲਬਲੀ ਮਚ ਗਈ ਸੀ ਜੀਵਨ ਦਾ ਸ਼ਹਿਰੀਕਰਨ ਹੋਣ ਨਾਲ ਨਵੇਂ ਤੰਦੇ ਉਪਜੇ ਜਿਨ੍ਹਾਂ ਵਿੱਚ ਸਭ ਧਰਮਾਂ ਜਾਤਾਂ ਗੋਤਾਂ ਦੇ ਲੋਕ ਆਏ ਇਵੇਂ ਜਾਤ ਦੀ ਥਾਂ ਜਮਾਤ ਨੇ ਲੈਣੀ ਆਰੰਭ ਕੀਤੀ। ਕਲਕੱਤੇ 'ਚ ਸਾਂਝੇ ਨਲਕੇ ਲਾਉਣ ਸਮੇ ਬੜੀ ਮੁਸ਼ਕਲ ਆਈ ਸੀ। ਮੋਢੇ 'ਚ ਕੋਈ ਪਾਣੀ ਨਹੀਂ ਸੀ ਭਰਦਾ, ਫਿਰ ਸਾਰੇ ਭਰਨ ਲੱਗ ਪਏ ਸੀ। ਸਕੂਲਾਂ, ਕਾਲਜਾਂ, ਗੱਡੀਆਂ, ਹਸਪਤਾਲਾਂ, ਸਿਨੇਮਿਆਂ, ਟਾਬਿਆਂ, ਫੈਕਟਰੀਆਂ ਆਦ ਨੇ ਜਾਤ-ਪਾਤ ਤੋੜਨ ਦੀ ਪ੍ਰਕਿਰਿਆ ਤੇਜ਼ ਕੀਤੀ ਹੈ। ਦੇਸ਼ ਦੀ ਆਜ਼ਾਦੀ ਉਪਰੰਤ ਹਰੇਕ ਲਈ ਇੱਕ ਵੋਟ ਨੇ ਸਥਿਤੀ ਬਦਲ ਦਿੱਤੀ ਹੈ। ਹੁਣ ਜਾਤ-ਪਾਤ ਕੇਵਲ ਵਿਆਹ ਦੇ ਸੰਬੰਧ 'ਚ ਵੇਖੀ ਜਾਂਦੀ ਹੈ। ਹੁਣ ਕੋਈ ਹੋਏਗਾ ਜਿਨੇ ਆਪਣੀ ਜਾਤ ਦਾ ਕੀਤਾ ਆਪਣਾਇਆ ਹੋਏ ਹੁਣ ਜਾਤ ਪਾਤ ਰਾਜਨੀਤਿਕ ਲਾਭ ਉਠਾਉਣ ਤੇ ਆਰਥਿਕ ਰਿਆਇਤਾ ਮੰਗਣ ਤੇ ਆਪਣੀ ਗਿਣਤੀ ਤਾਕਤ ਤੇ ਪ੍ਰਭਾਵ ਦਰਸਾ ਕੇ ਰਾਜਨੀਤਿਕ ਸ਼ਕਤੀ ਹਥਿਆਉਣ ਦਾ ਇੱਕ ਸੰਧ ਬਣ ਗਈ ਹੈ ਹੁਣ ਸਥਿਤੀ ਇਹ ਹੈ ਕਿ ਜਿਹੜੇ ਕਿਸੇ ਵੇਲੇ ਆਪਣੀ ਜਾਤ ਨੂੰ ਉੱਚੀ ਜਾਤ ਦੱਸਦੇ ਸੀ ਉਹ ਭਾਂਦੇ ਆਰਥਿਕ ਤੇ ਰਾਜਨੀਤਿਕ ਲਾਭ ਉਠਾਉਣ ਲਈ ਨੀਵੀਆਂ ਜਾਤਾਂ ਜਾਤੀਆਂ ਸ਼੍ਰੇਣੀਆਂ ਐਲਾਨੇ ਜਾਣ ਲਈ ਅੰਦੋਲਨ ਕਰ ਰਹੇ ਹਨ ਤੇ ਜਾਤ ਪਾਤ ਪ੍ਰਣਾਲੀ ਨੂੰ ਪੁੱਠਾ ਘੇੜਾ ਦੇ ਰਹੇ ਹਨ ਇਹ ਕਦੇ ਸੁਪਨੇ ਚ ਵੀ ਸੰਭਵ ਨਹੀਂ ਸੀ ਹੋਇਆ ਪਰ ਇਹ ਹੁਣ ਨਿਤ ਦਿਨ ਦਾ yatharth ਹੈ ਕਿ ਬ੍ਰਾਹਮਣ ਸਿਪਾਈ ਸ਼ੂਦਰ ਥਾਣੇਦਾਰ ਨੂੰ ਸਲੂਟ ਮਾਰ ਰਿਹਾ ਹੈ ਤੇ ਬ੍ਰਾਹਮਣ ਤੇ ਹੋਰ ਜਾਤਾਂ ਦੇ ਵਿਦਿਆਰਥੀ ਸ਼ੂਦਰ ਵਿਦਵਾਨ ਤੋਂ ਵਿਗਿਆਨ ਦਾ ਗਿਆਨ ਪ੍ਰਾਪਤ ਕਰ ਰਹੇ ਹਨ ਨਿਰਸੰਦੇਹ ਭਾਰਤ ਬਦਲ ਰਿਹਾ ਹੁਣ ਕਿਸੇ ਦਾ ਮੁੱਲ ਉਹਦੀ ਜਾਤ ਗੋਤ ਜਨਮ ਧਰਮ ਜਾਂ ਇਲਾਕੇ ਦੇ ਆਧਾਰ ਤੇ ਨਹੀਂ ਉਦਯੋਗਤਾ ਦੇ ਆਧਾਰ ਤੇ ਪਾਏਗਾ ਹੁਣ ਜਾਤ ਪਾਤ ਦੇ ਆਧਾਰ ਤੇ ਵਿਆਇਤਾ ਦੇਣ ਲੈਣ ਦਾ ਸਮਾਂ ਨਹੀਂ ਹੁਣ ਜਾਤ ਪਾਤ ਨੂੰ ਤੋੜਨ ਦੀ ਬੰਗਾਰ ਦਾ ਸਾਹਮਣਾ ਹੈ ਹੁਣ ਕੇਵਲ ਭਾਰਤ ਦੇ ਸੰਦਰਭ ਵਿੱਚ ਨਹੀਂ ਹੁਣ ਸਾਨੂੰ ਸਮੁੱਚੇ ਵਿਸ਼ਵ ਤੇ ਸਮੁੱਚੀ ਮਾਨਵ ਜਾਤੀ ਦੇ ਸੰਦਰਭ ਚ ਸੋਚਣਾ ਪਵੇਗਾ ਧੰਨਵਾਦ